ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਆਪਣੇ YouTube ਚੈਨਲ 'ਤੇ। ਆਪਾਂ ਨੇ ਜੀ ਨਵੀਂ ਗੱਡੀ ਤਿਆਰ ਕਰ ਲਈ ਹੈ। ਇਹ ਆਪਾਂ ਨੇ ਜੀ ਸਪੈਸ਼ਲ ਲਿਫਟ ਵਾਲੀ ਤਿਆਰ ਕਰਕੇ ਦਿੱਤੀ ਹੈ ਜੀ। ਇਹਦੇ ਵਿੱਚ ਆਪਾਂ ਨੇ ਬਲੈਰੋ ਪੀਕਅਪ ਵਾਲੀ ਚਾਸੀ ਲਾਈ ਹੈ ਜੀ, ਅਤੇ ਮਹਿੰਦਰਾ ਦਾ ਇਹਦੇ ਵਿੱਚ 3 ਸਿਲੰਡਰ DI ਇੰਜਨ ਹੈਗਾ 265 ਦਾ, ਇਹ ਤੁਸੀਂ ਦੇਖ ਸਕਦੇ ਹੋ ਇੱਥੋਂ ਜੀ। ਅਤੇ ਬਲੈਰੋ ਵਾਲਾ ਇਹਦੇ ਵਿੱਚ ਗੇਅਰ ਲੱਗਿਆ ਹੋਇਆ, ਅਤੇ ਹਾਈਡਰੋਲਿਕ ਪੰਪ ਵਾਲਾ ਗਾ ਤੁਸੀਂ ਦੇਖ ਸਕਦੇ ਹੋ। ਰੰਗ ਇਹਦੇ ਉੱਤੇ ਆਪਾਂ ਨੇ ਨੀਲਾ ਪਲੱਸ ਚਿੱਟਾ ਕੀਤਾ ਗਾ, ਅਤੇ ਟਾਇਰ ਇਹਦੇ ਵਿੱਚ ਨਵੇਂ ਨੇਗੇ MRF ਦੇ, ਇਹ ਤੁਸੀਂ ਦੇਖ ਸਕਦੇ। ਬਾਕੀ ਆਪਣਾ ਸਾਰਾ ਕੰਮ ਇਹਦਾ ਕੰਪਲੀਟ ਹੈਗਾ, ਇੰਡੀਕੇਟਰ, ਹੈੱਡਲਾਈਟਾਂ, ਹਾਰਨ, ਸਾਰਾ ਕੰਮ ਇਹਦਾ ਕੰਪਲੀਟ ਹੈ ਜੀ। ਇਹ ਆਪਾਂ ਨੇ ਜੀ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਗਾ ਤਿਆਰ ਕਰਕੇ, ਗੁਰਦੁਆਰਾ ਨਾਨਕ ਸਰ ਕਲੇਰ ਅਤੇ ਬਾਬਾ ਜੀ ਨੇਗੇ ਲਖਵਿੰਦਰ ਸਿੰਘ ਜੀ, ਇਹ ਉਹਨਾਂ ਨੇ ਤਿਆਰ ਕਰਵਾਇਆ ਜੀ ਗੁਰੂ ਘਰ ਵਾਸਤੇ ਜੀ, ਇਹ ਤੁਸੀਂ ਦੇਖ ਸਕਦੇ ਹੋ ਜੀ। ਵਧੀਆ ਇਹਦੇ ਉੱਤੇ ਆਪਾਂ ਨੇ ਸੀਟਾਂ ਲਾ ਕੇ ਦਿੱਤੀਆਂ ਨੇ, ਸੀਟਾਂ ਉੱਪਰ ਕਵਰ ਲੱਗਿਆ ਹੋਇਆ। ਇਹ ਆ ਗਿਆ ਜੀ ਆਪਣਾ ਪੰਪ ਵਾਲਾ ਤੇਲ, ਅਤੇ ਇਹ ਸਾਰੀਆਂ ਪਾਈਪਾਂ ਨੇਗੀਆਂ, ਅਤੇ ਇੱਧਰ ਡਰਾਈਵਰ ਸਾਈਡ ਦੇ ਨਾਲ ਹੀ ਇਹਦਾ ਪੰਪ ਵਾਲਾ ਲੀਵਰ ਆ ਗਿਆ ਜੀ ਅਪ ਡਾਊਨ ਕਰਨ ਵਾਲਾ ਇਹਨੂੰ, ਅਤੇ ਬਾਡੀ ਇਹਦੀ ਉਹੀ ਆਪਣੀ ਪਹਿਲਾਂ ਵਾਲੀ ਆ ਜਿਹੜੀ ਆਪਾਂ ਰੱਖ ਦੇਂਗੇ। 8 ਫੁੱਟ ਦੀ ਲੰਬਾਈ ਹੈ ਇਹਦੀ, 2 ਫੁੱਟ ਜਿਹੜੀ ਆਪਣੀ ਬਾਡੀ ਉਹ ਹੈਗੀ, ਅਤੇ ਉੱਪਰ ਬਾੜ ਹੈਗੀ ਜੀ ਜਿਹੜਾ ਲੱਗਾ ਹੋਇਆ ਜੰਗਲ, ਅਤੇ 5 ਫੁੱਟ ਇਹ ਚੌੜਾ ਹੈਗਾ ਤੁਸੀਂ ਦੇਖ ਸਕਦੇ ਜੀ। ਅਤੇ ਆਹ ਨੀਚੇ ਆਪਣਾ ਛੋਟਾ ਟੂਲ ਬਾਕਸ ਹੈਗਾ ਜੀ, ਚਾਬੀਆਂ ਪਾਣੀ ਬੇਸ ਕਰ ਖਾਸ ਕੁਛ ਵੀ ਆਪਾਂ ਇਹਦੇ ਵਿੱਚ ਰੱਖਣਾ ਉਹ ਆਪਾਂ ਇਹਦੇ ਵਿੱਚ ਰੱਖ ਸਕਦੇ ਹਾਂ, ਤੁਸੀਂ ਦੇਖ ਸਕਦੇ ਸਾਰਾ ਜੀ। ਅਤੇ ਪਿੱਛੋਂ ਇੱਧਰ ਆ ਗਈ ਆਪਣਾ ਡੀਜ਼ਲ ਟੈਂਕ, ਇਹਦਾ ਆਪਾਂ ਟੈਂਕ ਨੀਚੀ ਰੱਖਿਆ ਹੈਗਾ, ਅਤੇ ਉੱਪਰ ਆ ਗਿਆ ਉਹਦਾ ਢੱਕਣ, ਅਤੇ ਪਿੱਛੋਂ ਆਪਣਾ ਡੱਲ ਆ ਗਿਆ, ਅਤੇ ਸਾਰਾ ਆਪਾਂ ਨੇ ਸਾਦਾ ਰੱਖਿਆ ਹੋਇਆ, ਅਤੇ ਕੋਈ ਸਟਿੱਕਰ ਨਹੀਂ ਲਾਇਆ ਹੈਗਾ, ਅਤੇ ਸਾਰਾ ਇਹ ਬਿਨਾਂ ਸਟਿੱਕਰਾਂ ਤੋਂ ਆ ਗਿਆ। ਅਤੇ ਪਿੱਛੇ ਇਹ ਆ ਗਿਆ ਜੀ ਪੈਰ ਕੁੱਕਰ ਚੜ੍ਹਨਾ ਜਾਂ ਫਿਰ ਸਪੈਸ਼ਲ ਪੈਰ ਲਾਤਾ ਜੀ, ਅਤੇ ਪਿੱਛੇ ਹੁੱਕ ਤਾਂ ਆਪਾਂ ਲਾਉਣੀ ਹੁੰਦੇ ਹਾਂ, ਕੋਈ ਟਰਾਲੀ ਪਾਉਣੀ ਹੈ ਜਾਂ ਕੋਈ ਪਿੱਛੇ ਰੇਹੜੀ ਪਾਉਣੀ ਹੈ ਤਾਂ ਉਹ ਆਪਾਂ ਪਾ ਸਕਦੇ ਇਹਦੇ ਵਿੱਚ। ਅਤੇ ਇੱਧਰਲੀ ਸਾਈਡ ਤੋਂ ਵੀ ਸਾਰਾ ਉਵੇਂ ਦਾ ਉਵੇਂ ਆ ਗਿਆ ਜੀ। ਇਸ ਤੋਂ ਉਹਨੂੰ ਨੀਚੋਂ ਦੀ ਪੰਪ ਵੀ ਦਿਖਾ ਦਿੰਦੇ ਹਾਂ, ਅਤੇ ਇਹ ਆ ਗਿਆ ਜੀ ਆਪਣਾ ਪੰਪ, ਅਤੇ ਸਾਰੀਆਂ ਪਾਈਪਾਂ ਨਵੀਆਂ ਨੇਗੀਆਂ, ਸਾਰਾ ਕੰਮ ਇਹਦਾ ਕੰਮ, ਇਹ ਤੁਸੀਂ ਪਟੇ ਵੀ ਦੇਖ ਸਕਦੇ ਹੋ। ਇਹ ਬਾਹਰੇ ਪਟੇ ਵਾਲੀ ਆ ਜੀ, ਅਤੇ ਉੱਪਰ ਦੀ ਇਹਦੇ ਸਪਰਿੰਗ ਲੱਗੇ ਹੋਏ ਨੇ, ਆਪਾਂ ਇਹਦੇ ਵਿੱਚ ਵਜ਼ਨ ਆ ਜਿਹੜਾ ਉਹ 40 ਕੁਇੰਟਲ ਤੱਕ ਪਾ ਸਕਦੇ ਹਾਂਗੇ। ਇਹਦੇ ਵਿੱਚ 80 ਫੁੱਟ ਤੋਂ ਉੱਪਰ ਰੇਤਾ ਪੈ ਜਾਂਦਾ ਗਾ, ਜੇ ਰੇਤਾ ਬਜਰੀ ਵੀ ਪਾਉਣਾ ਗਾ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ। ਅਤੇ ਇਹ ਆ ਗਿਆ ਜੀ ਆਪਣਾ ਬੈਂਟਰੀ ਬਾਕਸ, ਇਹ ਆਪਣਾ ਹਰ ਵਾਰ ਦੀ ਤਰ੍ਹਾਂ ਉਵੇਂ ਦਾ ਉਵੇਂ ਕਵਰ ਕੀਤਾ ਹੋਇਆ, ਇਹਦੇ ਨੀਚੇ ਆਪਣੀ ਪਾਵਰ ਜ਼ੋਨ ਦੀ ਵਧੀਆ 60 ਨੰਬਰ ਬੈਂਟਰੀ ਰੱਖੀ ਹੋਈ ਹੈ ਜੀ। ਅਤੇ ਇੱਧਰਲੀ ਸਾਈਡ ਤੋਂ ਸੋਟੇ ਪੈਰ ਦਾ ਨਾ ਗਏ, ਅਤੇ ਸਾਰੇ ਇਹਦੇ ਵਿੱਚ ਮੀਟਰ ਲੱਗੇ ਹੋਏ ਨੇ ਤਿੰਨੋਂ, ਆਪਣਾ ਗਰਮ ਵਾਲਾ ਮੀਟਰ ਹੈਗਾ ਜੀ, ਸਪੀਡੋ ਮੀਟਰ, ਅਤੇ ਡੀਜ਼ਲ ਟੈਂਕੀ ਵਾਲਾ ਹੈਗਾ ਜੀ, ਇਹ ਤੁਸੀਂ ਦੇਖ ਸਕਦੇ।
ਤੇ ਚੌਥਾ ਟਾਪ ਪੰਜਵਾਂ ਬੈਲਟ ਇਹਦਾ ਗੇਅਰ ਆ ਗਿਆ ਜੀ। ਦੇਖੋ ਜੀ ਸਾਰਾ ਦਾ ਸਾਰਾ ਇਹ ਕੰਪਲੀਟ ਆ। ਬਾਬਾ ਜੀ ਥੋੜ੍ਹੇ ਜਿਹੇ ਟਾਈਮ ਵਿੱਚ ਇਹਨਾਂ ਨੂੰ ਲੈ ਕੇ ਰਵਾਨਾ ਹੋ ਜਾਣਗੇ ਜੀ। ਦੇਖੋ ਲਓ ਜੀ ਬਾਬਾ ਜੀ ਵੱਲੋਂ ਸਾਡਾ ਸਨਮਾਨ ਸਨਮਾਨ ਹੋ ਰਿਹਾ ਜੀ। ਦੇਖ ਸਕਦੇ ਹੋ ਮੇਰਾ ਉਸਤਾਦ ਗੁਰਸਰਨ ਅਤੇ ਮੇਰੇ ਬਾਈ ਜੀ ਇਹਨਾਂ ਸਭ ਦਾ ਹੀ ਮਾਨ ਸਨਮਾਨ ਹੋ ਰਿਹਾ ਜੀ। ਮਾਨ ਸਨਮਾਨ ਮਿਲਣਾ ਹੀ ਆ। ਲਓ ਜੀ ਇਹ ਆ ਪ੍ਰਸ਼ਾਦ ਜੀ। ਵੀਡੀਓ ਬਣਦੀ ਆ।